ਆਓ ਅੱਜ ਗੱਲ ਕਰੀਏ ਲੋਕ ਸਭਾ ਬਠਿੰਡਾ ਦੀ ਹੋਟ ਸੀਟ ਤੋਂ ਆਪ ਦੇ ਉਮੀਦਵਾਰ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਬਾਰੇ। ਖੁੱਡੀਆਂ ਸਾਹਿਬ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ, ਇੱਕ ਸ਼ਾਂਤ ਸੁਭਾਅ ਤੇ ਨਿਮਰਤਾ ਨਾਲ ਭਰੇ ਹੋਏ ਖੁਸ਼ ਦਿਲ ਇਨਸਾਨ ਨੇ। ਖੁੱਡੀਆਂ ਸਾਹਿਬ ਦੇ ਪਰਿਵਾਰ ਦੇ ਪਿਛੋਕੜ ਬਾਰੇ ਤੁਸੀਂ ਜਾਣਦੇ ਹੋ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਪੰਜਾਬ ਦੀ ਸਿਆਸਤ ਦੇ ਕੱਦਵਾਰ ਨੇਤਾ ਸਨ। ਜਥੇਦਾਰ ਖੁੱਡੀਆਂ ਨੇ ਕਿਸਾਨਾਂ ਦੀ ਆਵਾਜ਼ ਦਿੱਲੀ ਪਾਰਲੀਮੈਂਟ ਤੱਕ ਬੁਲੰਦ ਕੀਤੀ। ਉਸੇ ਰਾਹ ਤੇ ਚੱਲਦੇ ਹੋਏ ਉਹਨਾਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨੂੰ ਤਰਜੀਹ ਦਿੱਤੀ। ਖੁੱਡੀਆਂ ਸਾਹਿਬ ਦੇ ਜੀਵਨ 'ਚ ਵੀ ਵੱਡਾ ਬਦਲਾਅ ਉਦੋਂ ਆਇਆ ਜਦੋਂ ਪੰਜਾਬ ਦੇ ਇਤਿਹਾਸ 'ਚ ਬਦਲਾਅ ਆਇਆ। ਵੇਲਾ ਸੀ 2022 ਦੀਆਂ ਚੋਣਾਂ ਦਾ। ਪੰਜਾਬ ਦੇ 5 ਵਾਰ ਦੇ CM ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਆਪਣੇ ਹਲਕੇ 'ਚੋਂ ਹਰਾ ਕੇ ਪੰਜਾਬ ਦੀ ਸਿਆਸਤ ਦੇ ਕੱਦਵਾਰ ਚਿਹਰਾ ਬਣ ਗਏ। ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹਲਕੇ 'ਚ ਵਿਚਾਰ ਦੇ ਰਹੇ ਲੋਕਾਂ ਦੇ ਕੰਮ ਕਰਵਾਉਂਦੇ ਰਹੇ। ਫਿਰ CM ਭਗਵੰਤ ਮਾਨ ਸਾਹਿਬ ਨੇ ਸਰਦਾਰ ਖੁੱਡੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਜ਼ਿੰਮੇਵਾਰੀ। ਜ਼ਿੰਮੇਵਾਰੀ ਸੀ ਖੇਤੀਬਾੜੀ ਮੰਤਰੀ ਦੀ। ਖੇਤੀਬਾੜੀ ਮੰਤਰੀ ਬਣਦਿਆਂ ਸਾਰੀ ਖੁੱਡੀਆਂ ਸਾਹਿਬ ਲੱਗ ਗਏ ਕਿਸਾਨੀ ਨੂੰ ਰਾਹੇ ਪਾਉਣ। ਕਿਸਾਨਾਂ ਦੇ ਨਾਲ ਖੜਦੇ ਰਹੇ, ਭਾਵੇਂ ਹੜ੍ਹ ਆਏ ਹੋਣ, ਭਾਵੇਂ ਕੋਈ ਮੌਸਮੀ ਮਾਰ ਕਿਸਾਨਾਂ 'ਤੇ ਪਈ ਹੋਵੇ। ਸਰਕਾਰ ਵੱਲੋਂ ਮਾਲੀ ਮਦਦ ਤੇ ਕਿਸਾਨਾਂ ਨੂੰ ਦਿੱਤੀ ਹੈ, ਸਗੋਂ ਦੁੱਖ ਵੀ ਵਡਾਉਂਦੇ ਰਹੇ। ਸਰਕਾਰ ਕਿਸਾਨ ਮਿਲਣੀ ਕਰਵਾਈਆਂ, ਗੰਨੇ ਦਾ ਭਾਅ ਵਧਾਇਆ, ਹੋਰ ਵੀ ਬਹੁਤ ਪਾਲਿਸੀਜ਼ ਕਿਸਾਨਾਂ ਬਾਰੇ ਬਣਾਈਆਂ ਜਾ ਰਹੀਆਂ ਨੇ। ਪਰ ਹੁਣ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਉਹ ਸੁਪਨਾ ਸੱਚ ਹੋਣ ਜਾ ਰਿਹਾ ਹੈ ਜੋ ਇੱਕ ਪੁੱਤ ਆਪਣੇ ਪਿਓ ਨੂੰ ਲੈ ਕੇ ਸੋਚਦਾ ਹੈ ਕਿ ਮੈਂ ਆਪਣੇ ਪਿਓ ਵਾਂਗ ਬਣਾ। ਉਹ ਸੁਪਨਾ ਸੱਚ ਉਦੋਂ ਹੋਵੇਗਾ ਜਦੋਂ ਖੁੱਡੀਆਂ ਸਾਹਿਬ ਨੂੰ ਉਹਨਾਂ ਦੇ ਪਿਤਾ ਜੀ ਵਾਂਗ ਪਾਰਲੀਮੈਂਟ 'ਚ ਪਹੁੰਚਾਉਣਗੇ ਬਠਿੰਡਾ ਦੇ ਲੋਕ। ਬਠਿੰਡਾ ਵਾਲਿਓ ਜੀ, ਤੁਸੀਂ ਚਾਹੁੰਦੇ ਹੋ ਕਿਸਾਨਾਂ ਦੇ ਮਸੀਹਾ ਕਹੇ ਜਾਣ ਵਾਲੇ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਂਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੀ ਦੇਸ਼ ਦੀ ਪਾਰਲੀਮੈਂਟ 'ਚ ਤੁਹਾਡੀ ਆਵਾਜ਼ ਬੁਲੰਦ ਕਰਨ? ਤਾਂ ਆਓ ਵੱਡੇ ਪੱਧਰ 'ਤੇ ਵਿਧਾਨ ਸਭਾ ਚੋਣਾਂ ਵਾਂਗ ਖੁੱਡੀਆਂ ਪਰਿਵਾਰ ਦਾ ਸਾਥ ਦਈਏ ਅਤੇ ਭਾਰੀ ਸਮਰਥਨ ਨਾਲ ਜਿੱਤ ਕੇ ਪਾਰਲੀਮੈਂਟ ਭੇਜੀਏ।